ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਬਜ਼ੁਰਗ ਜੋੜਾ ਉਹ ਹੈ ਜਿਨ੍ਹਾਂ ਦੇ ਪੁੱਤ ਨੇ ਇਹਨਾਂ ਨੂੰ ਜਿਉਂਦੇ ਜੀ ਨਰਕ ਦਿਖਾ ਦਿੱਤਾ। ਜਿਹੜੇ ਮਾਪਿਆਂ ਨੇ ਉਂਗਲ ਫੜ ਕੇ ਆਪਣੇ ਪੁੱਤ ਨੂੰ ਤੁਰਨਾ ਸਿਖਾਇਆ, ਅੱਜ ਜਦੋਂ ਸੇਵਾ ਦੀ ਵਾਰੀ ਆਈ ਤਾਂ ਪੁੱਤ ਨੇ ਇਹਨਾਂ ਨੂੰ ਘਰੋਂ ਕੱਢ ਦਿੱਤਾ। ਨਸ਼ਾ ਇੰਨਾ ਜ਼ਿਆਦਾ ਸਿਰ ਤੇ ਚੜ ਗਿਆ ਕਿ ਆਪਣੇ ਮਾਤਾ ਪਿਤਾ ਨੂੰ ਭੁੱਲ ਗਿਆ। ਹੁਣ ਇਹ ਬਜ਼ੁਰਗ ਜੋੜਾ ਦਰ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੈ। ਨਸ਼ੇੜੀ ਪੁੱਤ ਨੇ ਇਹਨਾਂ ਨੂੰ 13 ਸਾਲ ਪਹਿਲਾਂ ਘਰੋਂ ਕੱਢ ਦਿੱਤਾ ਸੀ। ਇਹਨਾਂ ਦੇ 3 ਧੀਆਂ ਨੇ, ਉਹ ਤਾਂ ਕਦੇ ਨਾ ਕਦੇ ਇਹਨਾਂ ਦੀ ਸਾਰ ਲੈ ਜਾਂਦੀਆਂ ਨੇ, ਪਰ ਪੁੱਤ ਨੇ ਮੁੜ ਕੇ ਇਹਨਾਂ ਦੇ ਵੱਲ ਮੂੰਹ ਨਹੀਂ ਕੀਤਾ। ਬਾਬਾ ਬਕਾਲਾ ਦੇ ਪਿੰਡ ਬੋਲੀਵਾਲ ਦੀਆਂ ਇਹ ਤਸਵੀਰਾਂ ਨੇ। ਇੱਕ ਚੁੱਪੀ ਦੇ ਵਿੱਚ ਇਹ ਦੋਵੇਂ ਜਾਣੇ ਰਹਿਣ ਦੇ ਲਈ ਮਜਬੂਰ ਨੇ। ਤਾਂ ਆ ਉਮਰ ਦੇ ਵਿੱਚ ਨਸ਼ੇੜੀ ਪੁੱਤ ਨੇ ਆਪਣੇ ਬਜ਼ੁਰਗ ਮਾਪਿਆਂ ਦਾ ਬੁਢਾਪਾ ਰੋਲ ਦਿੱਤਾ, ਉਹਨਾਂ ਦੀ ਉਮਰ ਦਾ ਵੀ ਲਿਹਾਜ਼ ਨਹੀਂ ਕੀਤਾ। ਸੇਵਾ ਜਿਸ ਉਮਰ ਦੇ ਵਿੱਚ ਕਰਨੀ ਸੀ ਉਸ ਉਮਰ ਦੇ ਵਿੱਚ ਇਸ ਨਸ਼ੇੜੀ ਪੁੱਤ ਨੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੱਤਾ। ਬਜ਼ੁਰਗ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਕੀ ਨਾਮ ਬਜ਼ੁਰਗੋ? ਸਮਰਥ ਸਿੰਘ। ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਟੇਰੀ ਆਲ। ਹਾਂਜੀ। ਤਹਿਸੀਲ ਬਾਬਾ ਬਕਾਲਾ। ਕੀ ਕਹਿਣਾ ਚਾਹੋਗੇ ਅੱਜ ਜਿਹੜੇ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਬੈਠੇ? ਉਹ ਤਾਂ ਮੈਂ ਤਾਂ ਤੁਹਾਡੇ ਗਾੜੀ ਇਹ ਉਹ ਅਰਜ਼ ਕਰਦਾ ਵੀ ਮੇਰਾ ਕੋਈ ਕਿਤੇ ਉੱਥੇ ਪਾਣੀ ਦਾ, ਕੋਈ ਬੱਤੀ ਦਾ, ਕੋਈ ਕੋਠਾ ਮਠਾ ਬਣ ਜਾਵੇ, ਜਿਹੜਾ ਅਸੀਂ ਉੱਥੇ ਜਾ ਕੇ ਅਤੇ ਭੈਣ ਭਰਾ ਬਹਾ ਦੇਣ, ਬਹਾ ਕੇ ਸਾਨੂੰ ਕੋਈ ਆ ਕੇ ਵੇਲੇ ਕੁਲੇ ਸਾਡੀ ਬਾਂਹ ਫੜੂਗਾ, ਢਿੱਲੇ ਮੱਠੇ ਦਾ ਕੋਈ ਆ ਕੇ ਪਾਣੀ ਢਾਣੀ ਪਿਆ ਦੂਗਾ, ਇੱਥੇ ਸਾਨੂੰ ਕੋਈ ਨਹੀਂ ਗਾ ਜਾਂ ਪੁੱਛਣ ਗਿੱਛਣਾ ਵਾ। ਤੁਹਾਡੇ ਪੁੱਤ ਕਿੱਥੇ ਆ? ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ। ਪੁੱਤ ਵੇਖ ਲਓ ਜੇ ਕਿਤੇ ਦੇਖਦਾ, ਪੁੱਤ ਨੇ ਆਉਣਾ ਨਾ ਜੀ, ਪੁੱਤ ਨੇ ਨਹੀਂ ਆਉਣਾ, ਜੇ ਆਊ ਵੀ ਰੱਜੇ ਆਉਣਾ ਤਾਂ ਘੁੰਮ ਕੇ ਚਲੇ ਜਾਣਾ, ਉਹਨੇ ਸਾਨੂੰ ਇਹ ਨਹੀਂ ਪੁੱਛਣਾ ਭਾਈ ਤੁਹਾਡੇ ਕੋਲ ਕੁਛ ਹੈਗਾ ਕਿ ਨਹੀਂ ਹੈਗਾ। ਹੁਣ ਵੀ ਮੈਂ ਬਾਹਰ ਗਿਆ, ਪਿੰਡ ਗਿਆ, ਮੀਂਹ ਬੱਦਲ ਹੋਇਆ ਤਾਂ ਮੈਂ ਬੁਰੜੀ ਨੂੰ ਛੱਡ ਗਿਆ ਬਾਹਰ, ਮੈਂ ਰੋਟੀ ਕਿਸੇ ਕੋਲ ਪਕਵਾ ਕੇ ਲਿਆਇਆ ਤੇ ਬੁਰੜੀ ਭੱਜਣ ਦਾ ਹੀ ਮੈਂ ਵੀ ਭੱਜਦਾ ਭੱਜਿਆ ਤੇ ਫਿਰ ਬੁਰੜੀ ਨੂੰ ਅੰਦਰ ਕੀਤਾ, ਡਿੱਗ ਪੀਏ ਕਰੀ, ਤਾਂ ਵੀ ਮੈਂ ਰੋਂਦੇ ਕਲਾਉਂਦੇ ਤੇ ਠਾ ਕੇ ਕਿਤੇ ਵਕਤਾਂ ਦਾ ਅੰਦਰ ਕੀਤਾ ਤੇ ਹੁਣ ਵਿਚਾਰੀ ਦੇ ਲੀੜੇ ਲਾ ਕੇ ਤੇ ਗਲ ਪਾਏ ਆ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ? ਮੈਨੂੰ ਪਤ 13 ਸਾਲ ਹੋ ਗਏ ਇੱਥੇ। ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ, ਕੋਈ ਸਰਦੀ ਗਰਮੀ ਆਉਂਦੀ ਹੈ ਤਾਂ ਤੁਹਾਨੂੰ ਇੱਥੇ ਕੌਣ ਦੇਖਦਾ? ਕੋਈ ਨਹੀਂ ਵੇਖਦਾ, ਕੋਈ ਨਹੀਂ ਵੇਖਦਾ। ਤੁਹਾਡੇ ਜਿਹੜੇ ਨੂੰਹ ਨੇ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ? ਨਹੀਂ ਪਤਾ। ਧੀਆਂ ਪੁੱਛਦੀਆਂ? ਧੀਆਂ ਪੁੱਛਦੀਆਂ, ਧੀਆਂ ਆਉਂਦੀਆਂ ਜਾਂਦੀਆਂ ਵਾ, ਲੀੜਾ ਲੱਤਾਂ ਦਿੰਦੀਆਂ, ਕਿਤੇ 100-100 50-50 ਤੇ ਨਸਿਆ ਵੀ ਉਹ ਵੀ ਮਾਤੜਿਆ, ਉਹ ਵੀ ਮਾਤੜਿਆ ਵਿਚਾਰੀਆਂ, ਆਪੋ ਆਪਣੇ ਤੇ ਘਰ ਸਾਂਭਦੀਆਂ ਤੇ ਨਿਆਣੇ ਪਾਲਦੀਆਂ ਡੰਗੋ ਡੰਗ। ਪੁੱਤ ਕਦੇ ਵੀ ਨਹੀਂ ਆ ਕੇ ਤੇ ਪੁੱਛਿਆ ਪੁੱਤ ਨੇ ਤੁਹਾਡੇ ਨੇ? ਆਉਂਦਾ ਵਾ ਤੇ ਦੱਸਿਆ ਵੀ ਆਉਂਦਾ, ਰੱਜਿਆ ਆਉਣਾ, ਡਿੱਗਦੇ ਆਉਣਾ, ਆ ਕੇ ਤਾਂ ਇਤਰਾ ਘੁੰਮ ਕੇ ਤੇ ਫੇਰ ਚਲੇ ਜਾਣਾ। ਇਹ ਕਾਰਨ ਨਸ਼ਾ ਕਰਦਾ? ਨਸ਼ਾ ਕਰਦਾ। ਨਸ਼ੇ ਦੇ ਕਰਕੇ ਸਾਰਾ ਕੁਛ ਤੁਹਾਨੂੰ ਇਤਰਾ ਦਿੱਤਾ? ਸਾਰਾ ਕੁਛ ਹੀ ਜਾੜਤਾ ਉਹਨੇ ਕਰਦਾ, ਨਸ਼ਾ ਹੀ ਕਰਦਾ। ਸੋ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ? ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਉਂਦਾ ਵੀ ਮੈਨੂੰ ਨਾ ਭੈਣ ਭਰਾਵਾਂ 'ਚ ਅਪੜਾ ਦਿਓ, ਉੱਥੇ ਮੇਰਾ ਕੋਈ ਪਾਣੀ ਪਿਆਊਗਾ, ਕੋਈ ਦਵਾਈ ਦਾਰੂ, ਹੁਣ ਸਾਡੇ ਕੋਲ ਇੱਥੇ ਨਾ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ, ਤੇ ਇਸ ਤਰ੍ਹਾਂ ਅਸੀਂ ਪਏ ਰਹਿੰਦੇ ਫਿਰ ਚੁੱਪ ਕਰਕੇ। ਰਿਸ਼ਤੇਦਾਰ ਵੀ ਨਹੀਂ ਪੁੱਛਦੇ ਆ ਕੇ? ਰਿਸ਼ਤੇਦਾਰ ਵਿਚਾਰੇ ਕਿਹੜੇ ਗਏ, ਤੇ ਧੀਆਂ ਧੀਆਂ ਵਿਚਾਰੀਆਂ, ਰਿਸ਼ਤੇਦਾਰ ਤੇ ਹੋਰ ਕਿਹੜੇ ਆ, ਭੈਣਾਂ ਵਾ ਉਹ ਵਿਚਾਰੀਆਂ ਕਿਤੇ ਆਉਂਦੀਆਂ ਜਾਂਦੀਆਂ, ਚਾਹੇ ਭੜੇਵੇਂ ਆਏ ਉਹ ਘੜੀ ਦੀ ਘੜੀ ਆਏ, ਉਹਨਾਂ ਹਾਲ ਚਾਲ ਵੇਖ ਲਿਆ,
ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੁੱਤ ਆਉਣੇ, ਸਾਰੇ ਤਾਂ ਆਪੋ ਆਪਣੇ ਥਾਂ ਕਬੀਲਦਾਰ। ਹੁਣ ਮੱਦਲੀ ਅਪੀਲ ਕਰੋਗੇ? ਕਰਾਂਗੇ ਪੁੱਤ, ਅਸੀਂ ਤਾਂ ਸਾਡੀ ਮਾਈ ਤੇ ਕਰਕੇ ਤੇ ਸਾਨੂੰ ਘਰ ਬਾਦ ਕਿਤੇ।